ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਹੁਸ਼ਿਆਰਪੁਰ ਤੇ ਥਾਣਾ ਹਰਿਆਣਾ ਦੇ 4 ਮੁਲਾਜ਼ਮਾਂ ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਪੁਲਿਸ ਲਾਈਨ ਹਾਜ਼ਰ ਕੀਤਾ ਗਿਆ। ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਕਤ ਮੁਲਾਜ਼ਮ ਮਾਈਨਿੰਗ ਰੋਕਣ ਲਈ ਰਿਸ਼ਵਤ ਲੈ ਰਹੇ ਨੇ। ਵਾਇਰਲ ਵੀਡੀਓ ਦੇ ਆਧਾਰ 'ਤੇ ਪੁਲਿਸ ਵੱਲੋਂ ਉਕਤ ਮੁਲਾਜ਼ਮਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੈਂ ਪਰਚੀਆਂ ਵੀ ਮਾਈਨਿੰਗ ਅਫਸਰ ਨੂੰ ਵੀ ਦਿਖਾਈਆਂ, ਜਿਹੜੀ ਮੇਰੀ ਐਂਟੀ ਪਾਰਟੀ ਆ ਉਹਦੇ ਨਾਲ ਦਾਰੂ ਪੀਂਦਿਆਂ ਦੀ ਫੋਟੋ ਵੀ ਆ, ਸਾਰਾ ਕੁਛ ਹੈਗਾ ਮੇਰੇ ਕੋਲ ਸਬੂਤ, ਪਰਚੀਆਂ ਵੀ ਹੈਗੀਆਂ, ਪਰ ਇਹਨਾਂ ਜਾ ਕੇ ਮੇਰੇ 'ਤੇ ਪਰਚਾ ਕਰਦਾ ਜਦਕਿ ਮੈਨੂੰ ਟਿੱਪਰ ਨਹੀਂ ਚਲਾਉਣਾ ਆਉਂਦਾ। ਇੱਕ 'ਚ ਹਜਿੰਦਰ ਆ ਅਤੇ ਸਿਕੰਦਰ ਆ, ਸੁਸ਼ੀਲ ਆ ਅਤੇ ਨਾਲ ਮਦਨ ਆ। ਅਤੇ ਇਹਦੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀਡੀਓ ਦਿਖਾਈ ਆ, ਕੀ ਕਾਰਵਾਈ ਹੋਈ? ਕੋਈ ਕਾਰਵਾਈ ਨਹੀਂ ਹੋਈ, ਇਹਨਾਂ ਨੂੰ ਲੈਣ ਹਾਜ਼ਰ ਕਰਤਾ, ਇਹ ਮੁੜ ਕੇ ਫਿਰ ਇਹਨਾਂ ਕਹਿੰਦੇ ਸਾਡੀ ਅਫਸਰਾਂ ਨਾਲ, ਹੁਣ ਸਾਨੂੰ ਧਮਕੀਆਂ ਵੀ ਆਉਂਦੀਆਂ, ਜੇਲ੍ਹਾਂ ਵੀ ਧਮਕੀਆਂ ਦਿੰਦੇ ਪਏ ਆ ਮੈਨੂੰ ਮਾਰਨ ਦੀਆਂ ਧਮਕੀਆਂ। ਮੈਂ ਪਹਿਲਾਂ ਜੇਲ੍ਹੋਂ ਧਮਕੀ ਆਈ ਸੀਗੀ ਮਾਈਨਿੰਗ ਦੀ, ਮੈਂ ਮਾਈਨਿੰਗ ਖਿਲਾਫ਼ DC ਸਾਹਿਬ ਕੋਲ ਵੀ ਗਿਆ, ਐਪਲੀਕੇਸ਼ਨ ਫੋਟੋ ਵੀ ਲਾਈ, ਸਾਰਾ ਕੁਛ ਕਿਲਿਆ, SDM ਕੋਲ ਉਹਨਾਂ ਨੇ SDM ਨੂੰ ਦੇ ਦਿੱਤੀ ਮਾਰਕ ਕਰਤੀ, ਜੋ ਮਾਰਕ ਕੀਤੀ ਅਤੇ ਫਿਰ ਮੈਂ ਗਿਆ ਉਹਨਾਂ ਕੋਲ JEE ਸਾਹਿਬ ਕੋਲ, ਉਹਨਾਂ 'ਤੇ ਕੋਈ ਐਕਸ਼ਨ ਨਹੀਂ ਕੀਤਾ। ਪੁਰਾਣੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ 4 ਜਿਹੜੇ ਮੁਲਾਜ਼ਮ ਨੇ ਵਿੱਚ ਸਾਹਮਣੇ ਇਹਨਾਂ 'ਚੋਂ ਤਸਦੀਕ ਹੋਏ ਨੇ, ਜਿਹਨਾਂ ਨੂੰ ਚਾਰਿਆਂ ਨੂੰ ਲੈਣ ਹਾਜ਼ਰ ਕਰ ਦਿੱਤਾ ਗਿਆ ਅਤੇ ਬਾਕੀ ਜਿਹੜੀ ਉਹਨਾਂ ਦੇ ਸੰਬੰਧ ਵਿੱਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ। ਜੋ ਵੀ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੋਏਗਾ ਤਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।